ਸਤਿ ਸ਼੍ਰੀ ਅਕਾਲ ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ 8 ਦਸੰਬਰ 2024 ਨੂੰ ਹੋ ਰਿਹਾ ਨਿਊਜ਼ੀਲੈਂਡ ਦੇ ਵਿੱਚ ਵਰਲਡ ਕੱਪ, ਜਿੱਥੇ ਕਿ ਦੁਨੀਆ ਦੇ ਵਿੱਚੋਂ ਜਿਹੜੇ ਸੁਪਰ ਪਲੇਅਰ ਨੇ ਉਹ ਇਸ ਗਰਾਊਂਡ ਦੇ ਵਿੱਚ ਪਹੁੰਚਣਗੇ 8 ਦਸੰਬਰ ਨੂੰ। ਉਸ ਦੇ ਨਾਲ ਨਾਲ ਹੀ ਇੱਕ ਟੀਮ ਜਿਹੜੀ ਹੈ ਉਹ ਪਾਕਿਸਤਾਨ ਤੋਂ ਵੀ ਬਣੀ ਹੈ। ਬਹੁਤ ਸਾਰੇ ਪਲੇਅਰ ਉਹ ਨੇ ਜੋ ਪਾਕਿਸਤਾਨ ਤੋਂ ਆਏ ਨੇ, ਔਰ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਜੇ ਆਪਾਂ ਚੜ੍ਹਦੇ ਪੰਜਾਬ ਦੀ ਗੱਲ ਕਰੀਏ ਤਾਂ ਉੱਥੋਂ ਬਹੁਤ ਸਾਰੇ ਦਰਸ਼ਕ ਇਹੋ ਜਿਹੇ ਨੇ ਜੋ ਇਹਨਾਂ ਪਲੇਅਰਾਂ ਨੂੰ ਹਮੇਸ਼ਾ ਦੇਖਣਾ ਲੋਚਦੇ ਨੇ। ਇੰਡੀਆ ਤੋਂ ਜੋ ਲੋਕ ਇੱਥੇ ਨਿਊਜ਼ੀਲੈਂਡ ਦੇ ਵਿੱਚ ਵਸੇ ਹੋਏ ਨੇ ਉਹ ਇਹਨਾਂ ਨੂੰ ਦੇਖ ਸਕਦੇ ਨੇ, ਉਹ ਅੱਜ ਇਸ ਗਰਾਊਂਡ ਦੇ ਵਿੱਚ ਨੇ। ਉਹਨਾਂ ਨਾਲ ਕੁਝ ਗੱਲਬਾਤ ਕਰਦੇ ਹਾਂ ਕਿਸ ਤਰ੍ਹਾਂ ਵਰਲਡ ਕੱਪ ਦੀ ਤਿਆਰੀ ਹੈ। ਰਾਣਾ ਭਾਜੀ ਨਾਲ ਨੇ, ਭਾਜੀ ਕਿੱਦਾਂ ਦੀ ਤੁਹਾਡੀ ਤਿਆਰੀ ਹੈਗੀ ਹੈ ਵਰਲਡ ਕੱਪ ਵਾਸਤੇ, ਕਿਸ ਤਰ੍ਹਾਂ ਦੀ ਫੀਲਿੰਗ ਲੈ ਕੇ ਇੱਥੇ ਪਹੁੰਚੇ? ਹਾਂਜੀ, ਪਹਿਲਾਂ ਤਾਂ ਸਾਰਿਆਂ ਨੂੰ ਸਲਾਮ ਅਲੈਕੁਮ ਜੀ ਅਤੇ ਸਤਿ ਸ਼੍ਰੀ ਅਕਾਲ। ਅਤੇ ਬਹੁਤ ਵਧੀਆ ਮਿਹਨਤ ਭਾਜੀ ਸਾਰਿਆਂ ਦੀ, ਕੈਂਪ ਲੱਗਾ ਜੀ ਸਾਡਾ, ਅਤੇ ਇਹਨਾਂ ਨੇ ਗਾਣਾ ਸਾਹਿਬ ਕੱਪ ਵੀ 15 ਦਸੰਬਰ ਨੂੰ ਆ, ਉਹਦਾ ਕਰਕੇ ਕੈਂਪ ਲੱਗਾ ਜੀ ਪੂਰੀ ਟੀਮ ਦਾ, ਅਤੇ ਉਹ ਪੂਰੀ ਟੀਮ ਸਾਰੀ ਇੱਥੇ ਆ ਗਈ ਆ, ਅਤੇ ਮਿਹਨਤ ਫੁੱਲ ਆ ਭਾਜੀ, ਇੱਕ ਵਧੀਆ ਪ੍ਰਦਰਸ਼ਨ ਦਿਖਾਵਾਂਗੇ ਭਾਜੀ ਪਰਸੋਂ। ਭਾਜੀ ਇੱਕ ਇੱਕ ਚੀਜ਼ ਮੈਂ ਹੋਰ ਜਾਣਨੀ ਚਾਹੂੰਗਾ। ਵੈਸੇ ਤਾਂ ਦੇਖੋ ਇੱਦਾਂ ਹੈ ਕਿ ਹੁਣ ਬਹੁਤ ਸਾਰਾ ਮੀਡੀਆ ਜਿਹੜਾ ਹੈਗਾ ਉਹ ਜੁੜ ਗਿਆ, ਪਾਕਿਸਤਾਨ ਦੀ ਕਬੱਡੀ ਇੰਡੀਆ 'ਚ ਦੇਖੀ ਜਾ ਸਕਦੀ ਹੈ, ਇੰਡੀਆ ਦੀ ਪਾਕਿਸਤਾਨ 'ਚ ਦੇਖੀ ਜਾ ਸਕਦੀ ਹੈ, ਪਰ ਫਿਰ ਵੀ ਬਹੁਤ ਸਾਰੇ ਲੋਕ ਜਿਹੜੇ ਇਸ ਤਰ੍ਹਾਂ ਜਾਣਨਾ ਚਾਹੁੰਦੇ ਨੇ ਕਿ ਪਾਕਿਸਤਾਨ 'ਚ ਜਿਹੜੇ ਮੈਚ ਹੁੰਦੇ ਨੇ ਉਹਨਾਂ ਦੇ ਇਨਾਮਾਂ ਨੂੰ ਲੈ ਕੇ ਤੁਹਾਡੇ ਐਜ਼ ਐਨ ਖਿਡਾਰੀ ਤੁਸੀਂ ਕੀ ਸੋਚਦੇ ਹੋ ਕਿ ਉਹ ਇਨਫ ਨੇ ਜਾਂ ਉਹ ਠੀਕ ਨੇ ਇਨਾਮ ਜਿਹੜੇ ਉੱਥੇ, ਔਰ ਟੂਰਨਾਮੈਂਟਾਂ ਦੀ ਗਿਣਤੀ ਕਿੰਨੀ ਕੁ ਹੁੰਦੀ ਹੈ? ਜੇ ਅਗਰ ਅਸਲਾਮ ਅਲੈਕੁਮ ਜੀ, ਸਤਿ ਸ਼੍ਰੀ ਅਕਾਲ, ਜੇ ਭਾਅ ਜੀ ਵੇਖਿਆ ਜਾਵੇ ਇੰਡੀਆ ਦੇ ਹਿਸਾਬ ਨਾਲ, ਉਸ ਹਿਸਾਬ ਨਾਲ ਇਨਾਮ ਆ ਥੋੜ੍ਹੇ ਆ ਅਤੇ ਮੈਚ ਵੀ ਥੋੜ੍ਹੇ ਹੁੰਦੇ, ਅਤੇ ਅਸੀਂ ਉੱਧਰ ਤੁਹਾਡੇ ਵਾਲਾ ਹਿਸਾਬ ਵੇਹਨੇ ਹਾਂ, ਉੱਧਰ ਤਾਂ ਮਤਲਬ ਲਾਈਨਾਂ ਹੀ ਲੱਗੀਆਂ ਮੈਚਾਂ ਦੀਆਂ, ਅਤੇ ਪ੍ਰਾਈਜ਼ ਵੀ ਵੱਡੇ ਦਿੰਦੇ ਆ, ਪਰ ਸਾਡੇ ਪ੍ਰਾਈਜ਼ ਇੰਡੀਆ ਦੇ ਜਿਹੜੇ ਪਲੇਅਰ ਖੇਡਦੇ ਨੇ ਉਹਨਾਂ ਨੂੰ ਇੱਕ ਪ੍ਰੋਬਲਮ ਵੀ ਰਹਿੰਦੀ ਹੈ, ਉਹਨਾਂ ਨੂੰ ਰੋਜ਼ ਮੈਚ ਖੇਡਣਾ, ਹਰ ਰੋਜ਼ ਮੈਚ ਹੁੰਦਾ ਉੱਥੇ, ਤਾਂ ਉਹਦੇ ਨਾਲ ਉਹਨਾਂ ਦੀ ਸਰੀਰ ਦੀ ਰਿਕਵਰੀ ਵੀ ਜਿਹੜੀ ਉਹ ਪ੍ਰੋਪਰ ਨਹੀਂ ਹੋ ਪਾਉਂਦੀ। ਰਿਕਵਰੀ ਦਾ ਤਾਂ ਇਸ਼ੂ ਬਣਦਾ, ਲੇਕਿਨ ਭਾਅ ਜੀ ਉਹ ਪਲੇਅਰ ਵੀ, ਤਾਂ ਫਿਰ ਜਿਹਨੇ ਰੋਜ਼ ਕਬੱਡੀ ਖੇਡਣੀ ਆ, ਰੋਜ਼ ਕਬੱਡੀ ਦੇ ਵਿੱਚ ਰਹਿਣਾ, ਉਹਦਾ ਫਿਰ ਤਜਰਬਾ ਅਤੇ ਫਿਰ ਉਹਦੀ ਗੇਮ 'ਚ ਵੀ ਤਾਂ ਫਰਕ ਪੈਣਾ। ਹਾਂਜੀ, ਅਤੇ ਜਿਹਨੇ ਕਦੀ ਕਦੀ ਮੈਚ ਖੇਡਣਾ ਫਿਰ ਉਹਦਾ ਇਸ ਗੱਲ ਦਾ ਵੀ ਫਰਕ ਪੈਂਦਾ, ਫਿਰ ਜਦੋਂ ਯਕਦਮ ਆ ਕੇ ਉਹਨੂੰ ਬਾਹਰ ਮੈਚ ਖੇਡਣੇ ਪੈਂਦੇ ਆ ਦਿਹਾੜੀ ਦੇ ਵਿੱਚ ਚਾਰ ਚਾਰ, ਫਿਰ ਉੱਥੇ ਆ ਕੇ ਉਹਦਾ ਫਿਰ ਟੈਂਪੂ ਫਿਰ ਹਰ ਚੀਜ਼ ਲੋਅ ਹੋ ਜਾਂਦੀ। ਅੱਛਾ ਭਾਅ ਜੀ ਇੱਕ ਚੀਜ਼ ਹੋਰ, ਇੱਥੇ ਜਿਹੜੇ ਬਹੁਤੇ ਦਰਸ਼ਕ ਨੇ ਉਹ ਨੇ ਜੋ ਆਪਣੇ ਪਾਕਿਸਤਾਨ ਤੋਂ ਜਾਂ ਇੰਡੀਆ ਤੋਂ ਇੱਥੇ ਵਸੇ ਹੋਏ ਨੇ, ਉਹ ਨਾ ਤਾਂ ਇੱਥੇ ਇਹ ਹੈ ਕਿ ਇੰਡੀਆ ਦੇ ਹੀ ਪੂਰੇ ਦਰਸ਼ਕ ਹੋਣਗੇ, ਨਾ ਇਹ ਹੈ ਕਿ ਪਾਕਿਸਤਾਨ ਦੇ ਪੂਰੇ, ਅੱਧੋ ਵਿਚਾਲੜਾ ਹੋ ਜਾਣਾ ਕੰਮ। ਤੁਹਾਨੂੰ ਕੀ ਲੱਗਦਾ ਕਿ ਦਰਸ਼ਕਾਂ ਦਾ ਵੱਧ ਹੋਣਾ ਜਾਂ ਘੱਟ ਹੋਣਾ ਕਦੇ ਪਲੇਅਰ ਦੀ ਗੇਮ ਦੇ ਉੱਤੇ ਇਫੈਕਟ ਪਾਉਂਦਾ ਜਾਂ ਨਹੀਂ? ਬਹੁਤ ਪੈਂਦਾ ਭਾਅ ਜੀ, ਜਦੋਂ ਆਵਾਮ ਹੁੰਦੀ ਆ, ਲੋਕ ਹੁੰਦੇ ਬਹਿੰਦੇ ਆ, ਅਤੇ ਉਹਦੇ ਨਾਲ ਪਲੇਅਰ ਨੂੰ ਵੈਸੇ ਵੀ ਇੱਕ ਸਮਝ ਲਓ ਕਿ ਅੰਦਰੋਂ ਉੱਠਦੀ ਆ ਕਿ ਮੈਨੂੰ ਦੁਨੀਆ ਵੇਖਣ ਦੀ ਆ, ਮੈਂ ਤਾਂ ਵਧੀਆ ਖੇਡਣਾ ਆ, ਅਤੇ ਇੱਕ ਕਰੇਜ਼ ਜਿਹਾ ਵੱਧਦਾ। ਬਿਲਕੁਲ, ਅਤੇ ਜਦੋਂ ਆਵਾਮ ਹੀ ਥੋੜ੍ਹੀ ਹੋਵੇ ਤਾਂ ਇਸ ਗੱਲ 'ਤੇ ਫੀਲਿੰਗ ਵੀ ਬੰਦੇ ਨੂੰ ਹੁੰਦੀ ਹੈ, ਚੱਲ ਕੋਈ ਨਹੀਂ। ਤੁਹਾਨੂੰ ਜਦੋਂ ਦਰਸ਼ਕਾਂ ਦਾ ਜਿਹੜਾ ਰੋਹ ਸੀ, ਜੋ ਉਹਨਾਂ ਦਾ ਸਟਾਈਲ ਸੀ ਜਾਂ ਲੋਕਾਂ ਦਾ ਜਿਹੜਾ, ਤੁਹਾਨੂੰ ਕਿਸ ਤਰ੍ਹਾਂ ਨਾਮ ਮਿਲੇ, ਕਿਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਉਹਨਾਂ ਨੇ? ਭਾਜੀ ਸਾਨੂੰ ਤਾਂ ਬੜਾ ਪਿਆਰ ਮਿਲਿਆ ਸੀ ਆਵਾਮ 'ਤੇ, ਸਾਨੂੰ ਇਹ ਕਿ ਸਾਡੀ ਇੱਕ ਰੇਡ ਉੱਤੇ ਵੀ ਕੂਕਾਂ ਸ਼ੁਰੂ ਹੋ ਜਾਂਦੀਆਂ ਸੀ, ਅਤੇ ਇੱਕ ਸਟੋਪ ਦੇ ਉੱਤੇ ਵੀ, ਅਤੇ ਇਸ ਤਰ੍ਹਾਂ ਲੱਗਦਾ ਸੀ ਕਿ ਜਿੱਦਾਂ ਇਹ ਪਤਾ ਨਹੀਂ ਇੱਦਾਂ ਦਾ ਈਵੈਂਟ ਕਦੀ ਹੋਇਆ ਹੀ ਨਹੀਂ। ਜੇ ਹਿਸਾਬ ਨਾਲ ਆਵਾਮ ਨੇ ਪਿਆਰ ਦਿੱਤਾ, ਇਹ ਨਹੀਂ ਕਿ ਜੇ ਅਸੀਂ ਪਾਕਿਸਤਾਨ ਨੂੰ ਆਏ ਹਾਂ ਸਾਨੂੰ ਨਹੀਂ, ਮਤਲਬ ਸਾਡੇ ਉੱਤੇ ਸਾਨੂੰ ਇੱਦਾਂ ਲੱਗਦਾ ਸਾਡੇ ਉੱਤੇ ਜ਼ਿਆਦਾ ਮਤਲਬ ਸਾਨੂੰ ਐਪਰੀਸ਼ੀਏਟ ਕਰਦੇ ਆ, ਅਤੇ ਬਹੁਤ ਜ਼ਿਆਦਾ ਹੀ ਵਧੀਆ ਲੱਗਾ, ਅਤੇ ਐਤਕੀ ਆਵਾਮ ਬਹੁਤੀ ਹੋਊਗੀ, ਮੈਨੂੰ ਬਹੁਤ ਉਮੀਦ ਆ। ਭਾਜੀ ਉਹ ਚੀਜ਼ ਹੋਰ, ਜਦੋਂ ਪਾਕਿਸਤਾਨ ਦੇ ਵਿੱਚ ਖੇਡਦੇ ਹੋ ਅਤੇ ਹੁਣ ਨਿਊਜ਼ੀਲੈਂਡ 'ਚ ਖੇਡ ਰਹੇ ਹੋ, ਜਦੋਂ ਇਸ ਚੀਜ਼ ਇੱਕ ਘਾਹ ਵਾਲਾ, ਆਪਣੇ ਉੱਥੇ ਪੰਜਾਬ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਮਿੱਟੀ ਵਾਲੇ ਗਰਾਊਂਡ ਹੁੰਦੇ ਨੇ, ਤਾਂ ਤੁਹਾਨੂੰ ਮਤਲਬ ਇੱਥੇ ਖੇਡਣਾ ਵਧੀਆ ਲੱਗਦਾ, ਮਿੱਟੀ ਵਾਲੇ 'ਚ ਖੇਡਣਾ ਵਧੀਆ ਲੱਗਦਾ, ਕਿੱਦਾਂ ਉਹ ਫਰਕ ਹੈਗਾ ਉਹ? ਹਾਂਜੀ, ਫਰਕ ਤਾਂ ਹੁੰਦਾ ਭਾਅ ਜੀ, ਉੱਥੇ ਮਿੱਟੀ ਦੇ ਮੈਚ ਹੁੰਦੇ ਆ, ਇੱਥੇ ਘਾਹ 'ਤੇ ਇੱਦਾਂ ਲਾ ਲਓ ਕਿ ਇਹ ਘਾਹ ਵਧੀਆ ਵਾ, ਅਤੇ ਇੱਥੇ ਸਾਨੂੰ ਮੈਨੂੰ ਤਾਂ ਭਾਰਾ ਬੰਦਾ ਵਾ ਖੇਡ ਕੇ ਵਧੀਆ ਲੱਗਦਾ, ਜਿਹੜੇ ਤੇਜ਼ ਬੰਦੇ ਆ ਉਹ ਥੋੜ੍ਹਾ ਜਿਹਾ ਵਧੀਆ ਫੀਲ ਨਹੀਂ ਕਰਦੇ,
ਤੇ ਲੇਕਿਨ ਘਾਹ ਤੇ ਬਹੁਤ ਵਧੀਆ ਲੱਗਦਾ ਖੇਡ ਕੇ ਭਾਜੀ ਇੱਥੇ। ਜੇ ਜੇ ਮੈਂ ਤੁਹਾਨੂੰ ਇਹ ਪੁੱਛਾਂ ਕਿ ਪਾਕਿਸਤਾਨ ਦੀ ਟੀਮ ਦਾ ਮੁਕਾਬਲਾ ਕਿਹੜੇ ਕਿਹੜੇ ਉਹ ਖਿਡਾਰੀ ਨੇ ਜਿਹੜੇ ਤੁਸੀਂ ਇੰਡੀਆ ਦੀਆਂ ਜਿਹੜੇ ਖੇਡਣਗੇ ਇਸ ਗਰਾਊਂਡ ਦੇ ਵਿੱਚ, ਜਿਹਨਾਂ ਨਾਲ ਤੁਹਾਨੂੰ ਲੱਗਦਾ ਕਿ ਉਹਨਾਂ ਨਾਲ ਸਾਡਾ ਜਾਂ ਤੁਹਾਡਾ ਐਜ਼ ਐਨ ਖਿਡਾਰੀ ਕਿਹੜਾ ਉਹ ਹੋਊਗਾ ਜਿਹਦੇ ਨਾਲ ਵਧੀਆ ਟੱਕਰਾ ਹੋਣ ਦੇ ਚਾਂਸਸ ਬਣਦੇ? ਨਹੀਂ ਸਾਰੇ ਹੀ ਦੇਖੋ ਆਪਣੇ ਚੜ੍ਹਦੇ ਪੰਜਾਬ ਦੇ ਸਾਰਿਆਂ ਨਾਲ ਖੇਡਦੇ ਆ ਰਹੇ ਹਾਂ ਅਤੇ ਸਾਰਿਆਂ ਨਾਲ ਵਧੀਆ ਕੰਪੀਟੀਸ਼ਨ ਹੁੰਦਾ ਵਾ, ਅਤੇ ਅੰਬਾ ਵੀ ਰੇਡਰ ਵਧੀਆ ਵਾ, ਦਬੁਰਜੀ ਵਾਲਾ ਸਾਰੇ ਆਪਣੇ ਵਧੀਆ ਰੇਡਰ ਆ ਅਤੇ ਵਧੀਆ ਕੰਪੀਟੀਸ਼ਨ ਹੋਊ ਭਾਅ ਜੀ ਉਹਨਾਂ ਨਾਲ। ਇੱਕ ਭਾਅ ਜੀ ਪਤਾ ਕੀ ਆ, ਅਸੀਂ ਪੰਜਾਬ ਤੋਂ ਆ ਇੱਧਰ ਵਾਲੇ ਪੰਜਾਬ ਤੋਂ, ਤਾਂ ਅਸੀਂ ਇੱਥੋਂ ਦੇ ਜਿੰਨੇ ਵੀ ਦਰਸ਼ਕ ਹੈਗੇ ਆ ਜਾਂ ਦੇਖਣ ਵਾਲੇ ਹੈਗੇ ਉਹਨਾਂ ਨੂੰ ਇੱਥੇ ਆਉਣ ਦਾ ਸੱਦਾ ਦਿੱਤਾ, ਮੈਂ ਚਾਹੁੰਦਾ ਤੁਸੀਂ ਵੀ ਆਪਣੇ ਵੱਲੋਂ ਉੱਧਰਲੇ ਪੰਜਾਬ ਵਾਲਿਆਂ ਨੂੰ ਅਤੇ ਇੱਧਰਲੇ ਪੰਜਾਬ ਵਾਲਿਆਂ ਨੂੰ ਜ਼ਰੂਰ ਸੱਦਾ ਦਿਓ। ਹਾਂਜੀ ਭਾਅ ਜੀ, ਅੱਗੇ ਵੀ ਕੱਲ੍ਹ ਵੀ ਇੰਟਰਵਿਊ ਦਿੱਤਾ ਵਾ ਅਤੇ ਜਿੰਨੇ ਵੀ ਦਰਸ਼ਕ ਵੀਰ ਵੇਖਣ ਡੇ ਆ ਅਤੇ ਦੋਨੇ ਪੰਜਾਬ ਇਕੱਠੇ ਹੋਏ ਆ ਅਤੇ ਇਹ ਵੀ ਸਾਰੇ ਇਕੱਠੇ ਹੋਣ ਇੱਥੇ ਆ ਕੇ ਐਪਰੀਸ਼ੀਏਟ ਕਰਨ ਪਲੇਅਰਾਂ ਨੂੰ, ਅਤੇ ਰਿਕੁਐਸਟ ਆ ਸਾਰਿਆਂ ਨੂੰ ਕਿ ਜ਼ਰੂਰ ਹੁੰਮ ਹੁਮਾ ਕੇ ਪਹੁੰਚੋ 8 ਦਸੰਬਰ ਨੂੰ ਟਾਕਾ ਨੀਨੀ ਜਿਹੜੀ ਗੁਰਦੁਆਰਾ ਸਾਹਿਬ ਵਾਲੀ ਗਰਾਊਂਡ ਆ, ਸਾਰੇ ਉੱਥੇ ਹੁੰਮ ਹੁਮਾ ਕੇ ਜ਼ਰੂਰ ਪਹੁੰਚੋ ਕਿ ਵਧੀਆ ਕਬੱਡੀ ਦਾ ਤੁਹਾਨੂੰ ਕੰਪੀਟੀਸ਼ਨ ਦੇਖਣ ਨੂੰ ਮਿਲੇਗਾ ਜੀ। ਜੀ ਭਾਅ ਜੀ, ਇੱਕ ਵਾਰੀ ਦੁਬਾਰਾ ਆਪਣੇ ਵੱਲੋਂ ਅਸੀਂ ਭਾਅ ਜੀ ਇਹ ਰਿਕੁਐਸਟ ਕਰਾਂਗੇ, ਇੱਕ ਤਾਂ ਤੁਹਾਡੇ ਚੈਨਲ ਦਾ ਥੈਂਕ ਯੂ ਕਰਦੇ ਹਾਂ ਕਿ ਜਿਹੜੇ ਸ਼ੁਰੂ ਤੋਂ ਕਬੱਡੀ ਨੂੰ ਇੰਨੀ ਐਫਰਟ ਕਰਕੇ ਇੱਥੋਂ ਤੱਕ ਲਿਆਂਦਾ, ਤਾਂ ਬਾਕੀ ਤਾਂ ਫਿਰ ਕਈ ਚੈਨਲ ਬਾਅਦ 'ਚੋਂ ਚੱਲੇ, ਅਤੇ ਦੂਜਾ ਇਹ ਗੱਲ ਆ ਕਿ ਆਵਾਮ ਆਊਗੀ ਅਤੇ ਇਹ ਕਬੱਡੀ ਨੂੰ ਰੰਗ ਲੱਗਦੇ ਆ, ਜੇ ਇਹ ਆਵਾਮ ਨਹੀਂ ਹੁੰਦੀ ਤਾਂ ਕਬੱਡੀ ਨੂੰ ਰੰਗ ਨਹੀਂ ਲੱਗਦੇ। ਰਿਕੁਐਸਟ ਸਾਰਿਆਂ ਅੱਗੇ ਹੀ ਆ ਕਿ ਸਾਰੇ ਭਰਾ ਜਿੰਨੀ ਮੁਸਲਮਾਨ ਕਮਿਊਨਿਟੀ ਦੇ ਸਰਦਾਰ ਭਰਾ ਨੇ ਸਾਰੇ ਦੇ ਸਾਰੇ ਜ਼ਰੂਰ ਪਹੁੰਚੋ, ਇਸ ਕੱਪ ਨੂੰ ਇੱਕ ਅਜੂਬਾ ਹੀ ਕੱਪ ਬਣਾਓ। ਭਾਅ ਜੀ ਇਸ ਸਾਲ ਅਜੂਬਾ ਬਣਨ ਵਾਲੀ ਗੱਲ ਹੈਗੀ ਲੱਗਦਾ ਤੁਹਾਨੂੰ? ਉਮੀਦ ਪੂਰੀ ਸਾਨੂੰ ਸਾਡਾ ਦਿਲਾਂ ਦਾ ਜੀ, ਬਾਕੀ ਇਹ ਰੱਬ ਸੋਹਣਾ ਮਿਹਰ ਕਰੇ, ਇਹ ਵਧੀਆ ਖੈਰ ਕਰੀ ਨਾ ਹੋਵੇ, ਕਿਸੇ ਨੂੰ ਸੱਟ ਪੇੜ ਨਾ ਲੱਗੇ, ਜਿੱਦਾਂ ਹੀ ਪਲੇਅਰ ਆਏ ਉਦਾਂ ਘਰੋਂ ਘਰੀ ਜਾਣ। ਬਹੁਤ ਬਹੁਤ ਸ਼ੁਕਰੀਆ ਭਾਅ ਜੀ ਤੁਹਾਡਾ ਇੱਥੇ ਗਰਾਊਂਡ 'ਚ ਆਉਣ ਲਈ, ਸਾਡੇ ਨਾਲ ਗੱਲਬਾਤ ਕਰ ਲਈ, ਹੈ ਨਾ? ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮਚ। ਥੈਂਕ ਯੂ। ਸੋ ਦੋਸਤੋ, ਇਹ ਉਹ ਪਾਕਿਸਤਾਨ ਦੀ ਟੀਮ ਦੇ ਕੁਝ ਖਿਡਾਰੀ ਨੇ, ਖਿਡਾਰੀ ਹੋਰ ਵੀ ਨੇ, ਇਹ ਉਹ ਪ੍ਰਮੁੱਖ ਖਿਡਾਰੀ ਕਹੇ ਜਾ ਸਕਦੇ ਨੇ ਜਿਹੜੇ ਇਸ ਟੀਮ ਦੇ ਵਿੱਚ ਹਿੱਸਾ ਲੈਣਗੇ, ਔਰ ਦੇਖਣ ਵਾਲੀ ਗੱਲ ਇਹ ਹੋਊਗੀ ਕਿ ਪੰਜਾਬ ਦੀ ਟੀਮ ਦੇ ਜਾਂ ਕਹਿ ਲਓ ਪੰਜਾਬ ਦੇ ਉਹ ਖਿਡਾਰੀ, ਕਿਉਂਕਿ ਉਹ ਵੱਖੋ ਵੱਖ ਟੀਮਾਂ ਦੇ ਵਿੱਚ ਦੁਨੀਆ ਦੀਆਂ ਵੱਖੀ ਟੀਮਾਂ ਦੇ ਵਿੱਚ ਭਾਗ ਲੈਣਗੇ, ਉਹ ਕਿਹੜੇ ਟੀਮ ਹੋਊਗੀ, ਉਹ ਕਿਹੜੇ ਖਿਡਾਰੀ ਹੋਣਗੇ ਜਿਹੜੇ ਪਾਕਿਸਤਾਨ ਦੇ ਨਾਲ ਮੈਚ ਖੇਡਣਗੇ, ਅਤੇ ਉਹ ਮੈਚ ਕਿੰਨਾ ਕੁ ਇੰਟਰਸਟਿੰਗ ਹੋ ਸਕਦਾ ਇਹ ਤੁਸੀਂ ਜਾਣਦੇ ਹੋ। ਹੁਣ ਆਪਣੀ ਤਿਆਰੀ ਤੁਸੀਂ ਰੱਖਣੀ ਹੈ 8 ਦਸੰਬਰ ਨੂੰ, ਮਤਲਬ 8 ਦਸੰਬਰ 2024 ਨੂੰ ਕਬੱਡੀ 365 ਨੂੰ ਖੋਲ੍ਹ ਲੈਣਾ ਅਗਰ ਔਨਲਾਈਨ ਦੇਖਣਾ, ਅਗਰ ਤੁਸੀਂ ਨਿਊਜ਼ੀਲੈਂਡ ਦੇ ਵਿੱਚ ਹੋ ਤਾਂ ਹੁਣ ਭੁੱਲਣਾ ਨਹੀਂ ਹੈ, ਇਸ ਗੁਰਦੁਆਰਾ ਸਾਹਿਬ ਨੂੰ ਕੌਣ ਨਹੀਂ ਜਾਣਦਾ, ਇਸ ਇਸ ਸਟੇਡੀਅਮ ਨੂੰ ਕੌਣ ਨਹੀਂ ਜਾਣਦਾ, ਸੋ ਤੁਸੀਂ ਜਾਣਦੇ ਹੋ ਕਿ ਕਿੱਥੇ ਹੋ ਰਿਹਾ ਟੂਰਨਾਮੈਂਟ, ਉਹ ਤੁਸੀਂ ਜਿਹੜੇ ਨਿਊਜ਼ੀਲੈਂਡ ਵਾਲੇ ਹੋ ਇਸ ਗਰਾਊਂਡ ਦੇ ਵਿੱਚ ਜ਼ਰੂਰ ਪਹੁੰਚੋ, ਸਾਡੇ ਨਾਲ ਜੁੜਦੇ ਰਹੋ ਇਸ ਕੱਪ ਦੇ ਬਾਰੇ 'ਚ, ਅਤੇ ਇਸ ਕੱਪ ਨਾਲ ਜੁੜੀਆਂ ਹੋਈਆਂ ਉਹ ਚੀਜ਼ਾਂ ਉਸ ਦਿਨ ਲਾਈਵ ਵੀ ਚੱਲਣਗੀਆਂ, ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ। ਬਹੁਤ ਬਹੁਤ ਸ਼ੁਕਰੀਆ।